ਹਾਂਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀ ਭਰਾਵਾਂ ਨੂੰ ਤੇ ਸਭ ਤੋਂ ਪਹਿਲਾਂ 21 ਫਰਵਰੀ ਮਾਂ ਬੋਲੀ ਦਿਹਾੜੇ ਦੇ ਉੱਤੇ ਸੋਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਮੈਂ ਇੱਕ ਅਪੀਲ ਵੀ ਕਰਦਾ ਕਿ ਆਓ ਆਪਾਂ 21 ਫਰਵਰੀ ਮਾਂ ਬੋਲੀ ਦਿਹਾੜੇ ਦੇ ਉੱਤੇ ਪੰਜਾਬੀ ਭਰਾਵੋ ਦੇਸ਼ਾਂ ਅੰਦੇਸ਼ਾਂ ਦੇ ਵਿੱਚ ਬਸ ਦਿਓ ਇੱਕ ਪਰਨ ਕਰੀਏ ਇੱਕ ਨਿਸ਼ਚਾ ਕਰੀਏ ਇੱਕ ਸੌ ਖਾਈਏ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਦੁਨੀਆਂ ਦੇ ਵਿੱਚ ਸਿਖਰਾਂ ਤੇ ਪਹੁੰਚਾਉਣ ਦੇ ਲਈ ਆਪਾਂ ਜੀ ਜਾਨ ਲਾ ਦੇਾਂਗੇ ਕਿਉਂਕਿ ਜਵਾਨ ਤਾਂ ਪਹਿਚਾਨ ਹੈ ਜੇ ਜਵਾਨ ਮਰ ਗਈ ਤਾਂ ਸਾਡੀ ਪਹਿਚਾਨ ਨੇ ਮਰ ਜਾਣਾ ਹੈ ਬਾਹਰਲੇ ਮੁਰਖਾਂ ਦੇ ਵਿੱਚ ਬੈਠੇ ਮੈਂ ਮੇਰੇ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਮੇਰੀਆਂ ਭੈਣਾਂ ਨੂੰ ਕਹਿਣਾ ਚਾਹੁੰਨਾ ਕਿ ਆਪਣੇ ਬੱਚਿਆਂ ਨੂੰ ਜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਨੇ ਆ ਨਹੀਂ ਉੱਥੇ ਪੰਜਾਬੀ ਪੜ੍ਹਾਈ ਜਾਂਦੀ ਘਰਾਂ 'ਚ ਕਾਇਦੇ ਲਿਆ ਕੇ ਪੰਜਾਬੀ ਪੜ੍ਹਾਓ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੋ ਆਪਣੇ ਇਤਿਹਾਸ ਨਾਲ ਜੋੜੋ ਤੇ ਇੱਧਰਲੇ ਬੈਠੇ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਨਾ ਕਿ ਜੇ ਤੁਹਾਨੂੰ ਸਕੂਲਾਂ ਦੇ ਤੁਹਾਡੇ ਜਵਾਕਾਂ ਨੂੰ ਪਤਾ ਲੱਗਦਾ ਹੈ ਕਿ ਕੁ ਜੁਰਮਾਨਾ ਹੋ ਰਿਹਾ ਹੈ ਕੋਈ ਪਾਬੰਦੀ ਲਾਈ ਜਾ ਰਹੀ ਹੈ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਸਹੀ ਪੰਜਾਬੀ ਉਹ ਪੜਨਾ ਮੈਂ ਦੇਖਦਾ ਹੁਣਾਂ ਕਿ 8ਵੀਂ 10ਵੀਂ ਵਾਲੇ ਜਵਾਕਾਂ ਨੂੰ ਵੀ ਇੱਥੇ ਕਈ ਵਾਰੀ ਲਿਖਾ ਕੇ ਦੇਖੀ ਦੀਆਂ ਨਾ ਤਾਂ ਸਹੀ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਹੁੰਦੀ ਕਿਉਂਕਿ ਅੰਗਰੇਜ਼ੀ ਸਕੂਲਾਂ ਦਾ ਹਾਲਾਤ ਇਹ ਨੇ ਕਿ ਉਹ 11ਕ ਪੰਜਾਬੀ ਪੜ੍ਹਾਉਂਦੇ ਜਿਹਨੇ ਕੋ ਪਾਸ ਹੋਣ ਯੋਗਰੀ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਜਵਾਕਾਂ ਤੋਂ ਘਰੇ ਪੰਜਾਬੀ ਲਿਖਾ ਕੇ ਪੜ੍ਹਾ ਕੇ ਦੇਖਿਆ ਕਰੋ ਸਹੀ ਤਰੀਕੇ ਨਾਲ ਪੜ ਲੈਂਦੇ ਆ ਲਿਖ ਲੈਂਦੇ ਆ ਤੇ ਸਕੂਲਾਂ ਚ ਵੀ ਜਾ ਕੇ ਜਿਹੜਾ ਮਾਰ ਕੇ ਆਇਆ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਅੰਗਰੇਜ਼ੀ ਨਾ ਸਖਾਓ ਅੰਗਰੇਜ਼ੀ ਵੀ ਸਖਾਓ ਹਿੰਦੀ ਉਰਦੂ ਅਰਬੀ ਫ੍ਰੈਂਚ ਫਾਰਸੀ ਜੋ ਤੁਹਾਨੂੰ ਲੱਗਦਾ ਜਬਾਨ ਸਿੱਖਣੀ ਚਾਹੀਦੀ ਹੈ ਸਾਰੀਆਂ ਜਬਾਨਾਂ ਦਾ ਸਤਿਕਾਰ ਕਰੋ ਸਾਰੀਆਂ ਜਬਾਨਾਂ ਸਿੱਖੋ ਜਿਹੜੀ ਤੁਹਾਨੂੰ ਲੱਗਦਾ ਵੀ ਸਿੱਖਣੀ ਹੈ ਪੜ੍ਹਨੀ ਹੈ ਪਰ ਆਪਣੀ ਮਾਂ ਬੋਲੀ ਤਲਾਂਜਲੀ ਨਾ ਦਿਓ ਆਪਣੀ ਮਾਂ ਬੋਲੀ ਦੀ ਕੁਰਬਾਨੀ ਨਾ ਦਿਓ ਕਿਉਂਕਿ ਜਿਹੜੀਆਂ ਕੌਮਾਂ ਦੀਆਂ ਬੋਲੀਆਂ ਜਿਉਂਦੀਆਂ ਰਹਿੰਦੀਆਂ ਨੇ ਨਾ ਕੌਮਾਂ ਦੀ ਪਛਾਣ ਉਹਨਾਂ ਦੀ ਕੋਈ ਜਉਂਦੀ ਰਹਿੰਦੀ ਹੈ ਦੁਨੀਆ ਤੇ ਜਿਹੜੀਆਂ ਕੌਮਾਂ ਦੀਆਂ ਬੋਲੀਆਂ ਮਰ ਜਾਂਦੀਆਂ ਉਹਨਾਂ ਕੌਮਾਂ ਦੀਆਂ ਹੋਂਦਾਂ ਖਤਮ ਹੋ ਜਾਂਦੀਆਂ ਨੇ ਉਹਨਾਂ ਕੌਮਾਂ ਦੇ ਵਜੂਦ ਮਰ ਜਾਂਦੇ ਨੇ ਉਹ ਕੌਮਾਂ ਲਾਵਾਰਸ ਹੋ ਜਾਂਦੀਆਂ ਨੇ ਦੁਨੀਆ ਤੇ ਕਿਉਂਕਿ ਮਾਂ ਬਿਨਾ ਕਰੇ ਨਾ ਮਾਂ ਬੰਦਾ ਮਾਂ ਬਿਨਾ ਬੰਦਾ ਮਾਂ ਬਾਹਰਾ ਹੋ ਜਾਂਦਾ ਤੇ ਅਸੀਂ ਯਾਰ ਆਪਣੀ ਅੱਜ ਮਾਂ ਬੋਲੀ ਦਾ ਨਰਾਦਰ ਕਰਨ ਤੇ ਵੀ ਮੈਂ ਦੇਖਦਾ ਲੱਗੇ ਹੋਇਆ ਕਈ ਦਾ ਮੈਂ ਦੇਖਦਾ ਕਿ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਯਾਰ ਸ਼ਰਮਜੀ ਮੰਦੇ ਆ ਪੰਜਾਬੀ ਬੋਲਣ ਤੋਂ ਇਸੇ ਕਰਕੇ ਨਹੋਰਾ ਮਾਰਿਆ ਫਰੋਇਦਨ ਸਰਫ ਨੇ ਕਹਿੰਦਾ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਕੁਛੀ ਸਰਫਨਾ ਜਿਨ੍ਹਾਂ ਨੇ ਬਾਤ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਅਸੀਂ ਇਸ ਤਰ੍ਹਾਂ ਪਿੱਠ ਕਰਕੇ ਖੜ ਗਏ ਆਪਣੀ ਮਾਂ ਬੋਲੀ ਇੰਨੀ ਯਾਰ ਜਿਹੜੀ ਜ਼ਬਾਨ ਨੇ ਸਾਨੂੰ ਦੁਨੀਆ ਦੇ ਉੱਤੇ ਏਡਾ ਨਾਂ ਦਿੱਤਾ ਪਹਿਚਾਨ ਦਿੱਤੀ 10ਵੇਂ ਨੰਬਰ ਤੇ ਆ ਪੰਜਾਬੀ 7000 ਦੇ ਕਰੀਬ ਪਸ਼ਾਵਾਂ ਬੋਲੀਆਂ ਜਾਂਦੀਆਂ ਨੇ ਬੋਲੀਆਂ ਬੋਲੀਆਂ ਜਾਂਦੀਆਂ ਨੇ ਪੂਰੀ ਦੁਨੀਆ 'ਚ ਤੇ 10ਵੇਂ ਨੰਬਰ ਤੇ ਆਸੀਂ 10ਵਾਂ ਸਥਾਨ ਆ ਸਾਡਾ ਕਿੱਡਾ ਉੱਚਾ ਸਥਾਨ ਹੈ ਸੋ ਇਸ ਕਰਕੇ ਮੇਰਾ ਵੀਰ ਤੁਹਾਨੂੰ ਬਾਰ-ਬਾਰ ਹੀ ਮੈਂ ਪਹਿਲਾਂ ਹੀ ਬਹੁਤ ਵਾਰੀ ਕਹਿਣਾ ਹੁੰਦਾ ਕਿ ਕੋਈ ਟਿੱਪਣੀ ਕਰਨੀ ਆ ਕੋਈ ਸਨੇਹਾ ਭੇਜਣਾ ਕੋਈ ਤਖਤੀ ਲਾਉਣੀ ਆ ਨਾਂ ਦੀ ਕੋਈ ਬੋਰਡ ਲਿਖਣਾ ਕੋਈ ਆਪਣੇ ਨਾਂ ਲਿਖਣੇ ਆ ਸੋਸ਼ਲ ਮੀਡੀਆ ਦੇ ਉੱਤੇ ਤਾਂ ਪੰਜਾਬੀ 'ਚ ਕਰਿਆ ਕਰੋ ਸਾਰਾ ਕੰਮ ਕਰੋ ਕੋਈ ਦਸਕਤ ਕਰਨੀ ਆ ਪੰਜਾਬੀ 'ਚ ਕਰਿਆ ਕਰੋ ਆ ਉਸਵੇਂ ਗੱਲਾਂ ਕਰਨੀਆਂ ਪੰਜਾਬੀ ਵਿੱਚ ਕਰਿਆ ਕਰੋ ਬਹੁਤ ਸ਼ਬਦ ਨੇ ਸਾਡੇ ਜਿਹੜੇ ਲੋਪ ਹੋ ਰਹੇ ਨੇ ਪੰਜਾਬੀ ਜ਼ਬਾਨ ਦੇ ਗਮਾਚ ਰਹੇ ਨੇ ਕਈ ਵਾਰੀ ਆਮ ਜਵਾਕਾਂ ਕੋਲੇ ਬੋਲੀਦਾ ਨਾ ਜਦੋਂ ਉਹਨਾਂ ਨੂੰ ਐ ਹੀ ਨਹੀਂ ਪਤਾ ਹੁੰਦਾ ਵੀ ਇਹ ਸ਼ਬਦ ਦੇ ਅਰਥ ਕੀ ਨੇ ਕੀ ਮਤਲਬ ਹੈ ਇਹਨਾਂ ਦਾ ਸੋ ਉਹ ਸ਼ਬਦਾਂ ਨੂੰ ਆਪਾਂ ਦੁਬਾਰੇ ਜਿਉਂਦੇ ਕਰਨਾ ਹੈ ਜਿਹੜੇ ਗਮਾਚੇ ਨੇ ਲੋਪ ਹੋਏ ਨੇ ਉਹਨਾਂ ਨੂੰ ਦੁਬਾਰਾ ਹੀ ਯਾਦ ਕਰਨਾ ਹੈ ਉਹਨਾਂ ਸ਼ਬਦਾਂ ਨੂੰ ਵੀ ਵੱਧ ਤੋਂ ਵੱਧ ਆਪਣੇ ਘਰਾਂ 'ਚ ਬੋਲਿਆ ਕਰੋ ਆਪਣੇ ਜਵਾਕਾਂ ਨਾਲ ਉਹਨਾਂ ਸ਼ਬਦਾਂ 'ਚ ਗੱਲਾਂ ਕਰਿਆ ਕਰੋ ਤਾਂ ਪਤਾ ਲੱਗੇਗਾ ਉਹਨਾਂ ਸ਼ਬਦਾਂ ਦੇ ਅਰਥ ਕੀ ਨੇ ਸੋ ਆਓ ਮੇਰਾ ਵੀਰ ਤਨ ਹੱਥ ਮੰਨ ਕੇ ਗੁਜਾਰਸ਼ ਕਰਦਾ ਕਹਿੰਦੇ ਹੁੰਦੇ ਆ ਕਿ ਬੰਦਾ ਬੰਦੇ ਕੋਲੇ ਜਾਇਦਾਤ ਖੁਸ਼ੀ ਦੇਣਾ ਬੰਦੇ ਕੋਲੇ ਪੈਸਾ ਚਲਿਆ ਜਾਵੇ ਬੰਦਾ ਮਿਹਨਤ ਮੁਸ਼ਕਲਤ ਕਰਕੇ ਬੰਦਾ ਪੈਰਾਂ ਤੇ ਖੜਾ ਹੋ ਸਕਦਾ ਬੰਦਾ ਕਮਾਈ ਕਰਕੇ ਬੰਦਾ ਥਾਂ ਸਿਰ ਆ ਜਾਂਦਾ ਪਰ ਜੇ ਜ਼बान ਚਲੀ ਗਈ ਨਾ ਤੇ ਇੱਕ ਵਾਰੀ ਗਈ ਹੋਈ ਜ਼बान ਮੁੜ ਕੇ ਹਾਸਲ ਨਹੀਂ ਹੋਣੀ ਇਹ ਯਾਦ ਰੱਖਿਓ ਪਸਤਾਵਾਂਗੇ ਜ਼ਬਾਨਾਂ ਪੈਦਾ ਹੁੰਦੀਆਂ ਉਹਨੂੰ ਸਦੀਆਂ ਲੱਗਦੀਆਂ ਨੇ ਸੈਂਕੜੇ ਸਾਲ ਲੱਗਦੇ ਨੇ ਫਿਰ ਜਵਾਨਾਂ ਖੜੀਆਂ ਹੁੰਦੀਆਂ ਨੇ ਫਿਰ ਬਰਾਸਤਾਂ ਖੜੀਆਂ ਹੁੰਦੀਆਂ ਨੇ ਜਿਸ ਜ਼ਬਾਨ ਗਈ ਸਾਡੇ ਵਿਰਸੇ ਸਾਡੇ ਵਿਰਾਸਤ ਨਹੀਂ ਮਰ ਜਾਣਾ ਕਿੰਨੀ ਮੈਂ ਕਹਿੰਦਾ ਅਮੀਰ ਜ਼ਬਾਨ ਆ ਸਾਡੀ ਅਮੀਰ ਬੋਲੀ ਆ ਮੱਖਿਓ ਮਿੱਠੀ ਜ਼ਬਾਨ ਆ ਜਿਸ ਕਿੰਨਾ ਸਾਹਿਤ ਰਚਿਆ ਗਿਆ ਲਿਖਿਆ ਗਿਆ ਗ੍ਰੰਥ ਲਿਖੇ ਗਏ ਐਡੀ ਮਹਾਨ ਬੋਲੀ ਆ ਸਾਡੀ ਅਸੀਂ ਕਿਉਂ ਹਿੰਤਾ ਮਹਿਸੂਸ ਕਰਦੇ ਆ ਆਪਣੀ ਮਾਂ ਜ਼ਬਾਨ ਨੂੰ ਬੋਲਣ ਚ ਪੜ੍ਹਨ ਚ ਲਿਖਣ ਚ ਸਵਾਉ ਮੇਰਾ ਵੀਰ ਸਾਰਾ ਕੁਝ ਹਾਸਲ ਕਰ ਲਓਗੇ ਦੁਨੀਆ ਦਾ ਐਸੋ ਆਰਾਮ ਵੱਡੀਆਂ ਗੱਡੀਆਂ ਸੋਨੇ ਲੀੜੇ ਕੱਪੜੇ ਪਰ ਜਵਾਨ ਨਹੀਂ ਹਾਸਲ ਹੋਣੀ ਇਹ ਗੱਲ ਧਿਆਨ ਚ ਰੱਖਿਓ ਮੇਰੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਤੇ ਪੰਜਾਬੀ ਹੋਣ ਤੇ ਮਾਣ ਕਰੋ ਮਾਂ ਬੋਲੀ ਪੰਜਾਬੀ ਜਿੰਦਾਬਾਦ ਦੂਜੀ ਗੱਲ ਮੈਂ ਕਰਨੀ ਹੈ ਆਪਣੇ ਜਿਹੜਾ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਗੱਲ ਆ ਆਪਾਂ ਦੇਖਿਆ ਕਿ ਲਗਾਤਾਰ ਆਪ ਨੂੰ 7 ਮਹੀਨੇ ਹੋ ਗਏ ਆਪਾਂ ਸ਼ਿੰਗਾਰਸ਼ ਕਰ ਰਹੇ ਆ ਅਖੀਰ ਲੇਪੜਾ ਦੇ ਉੱਤੇ ਸ਼ਿੰਗਾਰਸ਼ ਜਿਹੜਾ ਸਾਡਾ ਪਹੁੰਚਿਆ ਹੋਇਆ ਸਿਖਰਾਂ ਤੇ ਪਹੁੰਚਿਆ ਹੋਇਆ ਸ਼ਿੰਗਾਰਸ਼ ਆ ਇਹ ਉਹਦੇ ਸਬੰਧ ਚ ਅਸੀਂ 23 ਤਰੀਕ ਨੂੰ ਜਿਲ੍ਹਾ ਬਠਿੰਡੇ ਦਾ ਪਿੰਡ ਹੈ ਮਹਾਰਾਜ ਵੱਡਾ ਪਿੰਡ ਆ ਪੰਜਾਬ ਦਾ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਸਾਇਆ ਹੋਇਆ ਨਗਰ ਆ ਉੱਥੋਂ ਦੀ ਦਾਣਾ ਮੰਡੀ ਆ ਜਿਹੜੀ ਰਾਮਪੁਰੇ ਵਾਲੀ ਸੜਕ ਤੇ ਪੈ ਜਾਂਦੀ ਆ ਉੱਥੇ ਅਸੀਂ ਵੱਡਾ ਇਕੱਠ ਰੱਖਿਆ 23 ਤਰੀਕ ਨੂੰ ਭਰਾਵੋ ਤੇ ਮੈਂ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਕੋਨੇ-ਕੋਨੇ ਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉਸਮੂਲੀਅਤ ਕਰੋ ਉੱਥੇ ਉੱਥੇ ਹਜ਼ਾਰਾਂ ਨੇ ਲੱਖਾਂ ਦਾ ਇਕੱਠ ਹੋਣਾ ਚਾਹੀਦਾ ਹਰ ਆ ਜਾਣਾ ਚਾਹੀਦਾ ਉੱਥੇ ਲੋਕਾਂ ਦਾ ਮਹਾਰਾਜ ਦੀ ਧਰਤੀ ਦੇ ਉੱਤੇ ਤਾਂ ਕਿ ਦਿੱਲੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਜਿਹੜੇ ਨੌਜਵਾਨ ਨਰਾਸ਼ ਹੋ ਕੇ ਘਰਾਂ ਚਲੇ ਗਏ ਨੇ ਹਤਾਸ਼ ਹੋ ਗਏ ਨੌਜਵਾਨ ਤਾਂ ਟੁੱਟ ਗਏ ਨੌਜਵਾਨ ਤਾਂ ਹੁਣ ਨਹੀਂ ਆਉਣਗੇ ਪਤਾ ਲੱਗੇ ਕਿ ਇਹ ਨੌਜਵਾਨ ਤਿਆਰ ਨੇ ਪੱਬਾਂ ਪਾਰ ਨੇ ਮਰਦੇ ਦੰਮ ਤੱਕ ਆਪਣੇ ਹੱਕਾਂ ਲਈ ਲੜਨਗੇ ਜੂਝਣਗੇ ਨੌਜਵਾਨ ਇਹ ਇਹ ਸਰਕਾਰ ਤੱਕ ਸੁਨੇਹਾ ਸਾਡਾ ਜਾਣਾ ਚਾਹੀਦਾ ਐਡਾ ਵੱਡਾ ਘੱਟ ਸੋਡਾ ਇੱਥੇ ਹੋਣਾ ਚਾਹੀਦਾ ਉਹਦਾ ਮਕਸਦ ਆਪਣਾ ਇਹੀ ਹੈ ਕਈ ਵਾਰੀ ਕਈ ਨੌਜਵਾਨ ਇਸ ਗੱਲ ਦਾ ਮੇਰੇ ਨਾਲ ਗਿੱਲਾ ਵੀ ਕਰਦੇ ਆ ਕਿ ਬਾਈ ਤੂੰ ਹਰ ਬਾਰੀ ਇਹ ਗੱਲ ਦੀ ਅਪੀਲ ਕਰਦਾ ਕਿ ਏਕਾ ਬਣਾ ਕੇ ਰੱਖੋ ਕਿਸਾਨ ਅੰਦੋਲਨ ਦੇ ਨਾਲ ਜੁੜੋ ਸੰਘਰਸ਼ ਦੇ ਨਾਲ ਜੁੜੋ ਉਹ ਤਾਂ ਆ ਕਰ ਰਹੇ ਨੇ ਉਹ ਤਾਂ ਉਹ ਕਰ ਰਹੇ ਨੇ ਮੈਂ ਤੁਹਾਨੂੰ ਵਾਰ-ਵਾਰ ਇਹ ਅਪੀਲ ਕਰਦਾ ਕਿ ਇੱਥੇ ਮੈਂ ਇਹਦੇ ਨਾਲ ਆ ਤੇ ਮੈਂ ਉਹਦੇ ਨਾਲ ਆ ਇਹ ਗੱਲਾਂ ਨਹੀਂ ਹੁਣ ਸਾਨੂੰ ਸ਼ੋਭ ਦੀਆਂ ਚੱਜਦੀਆਂ ਕਿਉਂਕਿ ਇੱਥੇ ਨਾ ਲੱਖਾ ਸਦਾਣਾ ਅਹਿਮ ਹੈ ਨਾ ਦੀਪ ਸਿੱਧੂ ਅਹਿਮ ਹੈ ਨਾ ਕੋਈ ਕਿਸਾਨ ਆਗੂ ਅਹਿਮ ਹੈ ਅਹਿਮ ਹੈ ਕਿਸਾਨ ਸੰਘਰਸ਼ ਅਹਿਮ ਹੈ ਪੰਜਾਬ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੀਆਂ ਇਹ ਧਰਤੀ ਮਾਂ ਸਾਡੇ ਲਈ ਅਹਿਮ ਹੈ ਸਾਡੇ ਹੱਕ ਸਾਡੇ ਲਈ ਅਹਿਮ ਹੈ ਇਹ ਗੱਲ ਨੂੰ ਸਮਝੋ ਹੁਣ ਜਿਹੜਾ ਮੈਂ ਦੇਖ ਰਿਹਾ ਪੋਸਟਾਂ ਪਾਏ ਰਹੇ ਨੇ ਵੀਡੀਓ ਪਾ ਰਹੇ ਨੇ ਸੀ ਉਹਦੇ ਨਾਲ ਆ ਸੀ ਇਹਦੇ ਨਾਲ ਹੈ ਠੀਕ ਹੈ ਤੁਹਾਡਾ ਗਿਲਾ ਜਾਇਜ਼ ਹੈ ਮੈਂ ਕਿਸਾਨ ਆਗੂ ਨੂੰ ਵੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਅਸੀਂ ਪਹਿਲ ਕੀਤੀ ਹੈ ਹਮੇਸ਼ਾ ਮੈਂ ਇਕੱਕੇ ਦੀ ਪਹਿਲ ਕਰਦਾ ਰਿਹਾ ਹਮੇਸ਼ਾ ਤੁਹਾਨੂੰ ਮੈਂ ਦੱਸਦਾ ਰਿਹਾ ਤੜਨੇ ਇਹ ਗੱਲਾਂ ਕਰਦਾ ਰਿਹਾ ਚਾਹੇ ਵੀਡੀਓ ਹੋ ਰਹੇ ਚਾਹੇ ਮਿਲ ਕੇ ਕਈ ਥੋੜੇ ਨਾਲ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਸੋਨੂੰ ਵੀ ਇਹ ਜਿਗਰਾ ਰੱਖਣਾ ਚਾਹੀਦਾ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹ ਫਰਾਕਦਲੀ ਚਾਹੀਦੀ ਥੋੜੇ ਚ ਕਿ ਹਾਂ ਯਾਰ ਅਸੀਂ ਪੰਜਾਬ ਦੇ ਹਰ ਨੌਜਵਾਨ ਦੇ ਨਾਲ ਹੈ ਉਹ ਕੋਈ ਵੀ ਹੋਵੇ ਜਿਨ੍ਹਾਂ ਨੂੰ ਅੱਜ ਦਿੱਲੀ ਸਰਕਾਰ ਕੇਂਦਰ ਦੀ ਤੇ ਦਿੱਲੀ ਪੁਲਸ ਚੱਕ ਚੱਕ ਕੇ ਜੇਲਾ ਸੁੱਟ ਰਹੀ ਹੈ। ਛੱਦਰ ਕਰ ਰਹੀ ਹੈ, ਰਮਾਂਡਾਂ ਤੇ ਰਮਾਂਡ ਦੇ ਰਹੀ ਹੈ। ਉਹਦੇ ਖਿਲਾਫ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਵੀ ਆਵਾਜ਼ ਆਪਣੀ ਇੱਕ ਸਾਂਝੇ ਮੰਚ ਤੋਂ بلند ਕਰਨੀ ਚਾਹੀਦੀ ਆ। ਤਾਂ ਕਿ ਪਤਾ ਲੱਗੇ ਸਰਕਾਰਾਂ ਨੂੰ ਕਿ ਨਹੀਂ ਇਹ ਇੱਕ ਨੇ। ਕਿਉਂ? ਕਿਉਂਕਿ ਨਹੀਂ ਤਾਂ ਸਰਕਾਰਾਂ ਇਹ ਦੇਖ ਰਹੀਆਂ ਨੇ ਵੀ ਆਪਸ ਵਿੱਚ ਇਹ ਜੁੰਡੂ ਜੁੰਡੀ ਹੋਈ ਜਾਂਦੇ ਆ। ਆਪਸ ਵਿੱਚ ਲੜ ਕੇ ਦਨ ਉੱਠ ਕੇ ਤੋਂ ਚਲੇ ਜਾਣਗੇ। ਸੋ ਇਹ ਸੁਨੇਹਾ ਸੀ। ਕਿਸੇ ਪ੍ਰਕਾਰ ਦਾ ਇਹ ਸਾਡਾ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਜਿਹੜਾ ਜਾ ਚੁੱਕਿਆ ਇਹਨੂੰ ਆਪਾਂ ਦੁਬਾਰੇ ਕਿਵੇਂ ਸੰਭਾਲਣਾ ਐਸ ਮੋਰਚੇ ਨੂੰ ਪੰਜਾਬ ਦੇ ਕਿਸਾਨਾਂ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਜਿਹੜੀ ਸਾਰੀ ਜ਼ਿੰਮੇਵਾਰੀ ਸਾਰਾ ਦਾਰੂਮਦਾਰ ਸਾਰਾ ਮੋਰਚੇ ਦਾ ਹਸਕਤਵ ਥੋੜੇ ਮੋਢਿਆਂ ਤੇ ਥੋੜੇ ਸਿਰ ਤੇ ਘੁੰਮਦਾ ਸੀ ਨਾ ਉਹ ਕਿਸੇ ਹੋਰ ਮੋਢਿਆਂ ਤੇ ਚੱਲਿਆ ਗਿਆ ਉਹ ਦੁਬਾਰਾ ਪੰਜਾਬ ਦੇ ਆਗੂਆਂ ਦੇ ਮੋਢਿਆਂ ਤੇ ਲਿਆਉਣ ਦੀ ਲੋੜ ਹੈ ਤੇ ਉਹਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਸਾਨੂੰ ਸਾਡੇ ਆਗੂਆਂ ਦੇ ਨਾਲ ਮੋੜੇ ਨਾ ਮੋੜਾ ਜੋੜ ਕੇ ਖੜਨਾ ਚਾਹੀਦਾ ਮੈਂ ਫਿਰ ਬੇਨਤੀ ਕਰਦਾ ਜੋ ਮਰਜ਼ੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਥੋੜੇ ਆਗੂ ਪਹਿਲਾਂ ਹੀ ਬੋਲਦੇ ਰਹੇ ਖਸਾਨਾ ਆਗੂ ਨੂੰ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਇਹ ਜਿਹੀਆਂ ਗੱਲਾਂ ਤੋਂ ਗਾਹਾਂ ਤੋਂ ਗਰੇਜ਼ ਕੀਤਾ ਜਾਵੇ ਇਹ ਜੀ ਬਿਆਨਬਾਜ਼ੀ ਤੋਂ ਗਰੇਜ਼ ਕੀਤਾ ਜਾਵੇ ਜਿਹੜੀ ਦਫਾੜ ਕਰਦੀ ਆ ਸਾਨੂੰ ਜਿਹੜੀ ਪਾੜ ਪਾਉਂਦੀ ਆ ਸਾਡੇ ਚ ਸੋ ਆਓ ਮੇਰਾ ਵੀਰ 23 ਤਰੀਕ ਨੂੰ ਆਪਾਂ ਇਸ ਸੰਘਰਸ਼ ਦਾ ਸਾਥ ਦੇਣ ਦੇ ਲਈ ਦਿੱਲੀ ਤੱਕ ਸੁਨੇਹਾ ਪਹੁੰਚਾਉਣ ਲਈ ਵੀ ਪੰਜਾਬ ਇਕਜੁੱਟਾ ਪੰਜਾਬ ਇੱਕ ਮੋਠਾ ਪੰਜਾਬ ਪਿੱਛੇ ਨਹੀਂ ਹਟੂਗਾ ਜੋ ਮਰਜ਼ੀ ਹੋ ਜੇ ਪੰਜਾਬ ਚੜ੍ਹਦੀ ਕਲਾ ਜੀ ਹੈ ਤੇ ਚੜ੍ਹਦੀ ਕਲਾ ਤੇ ਸੀੜ ਚੜ੍ਹਦੀ ਕਲਾ ਚ ਰਹੂਗਾ 23 ਤਰੀਕ ਨੂੰ ਸੋਡਾ ਐਡਾ ਵੱਡਾ ਇਕੱਠ ਇੱਥੇ ਹੋਣਾ ਚਾਹੀਦਾ ਹੈ ਕਿ ਦਿੱਲੀ ਬੈਠੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਲੱਖਾਂ ਦਾ ਇਕੱਠ ਜਿਹੜਾ ਅੱਜ ਪੰਜਾਬ ਦੀ ਧਰਤੀ ਜ਼ਿਲ੍ਹੇ ਬਠਿੰਡੇ ਮਹਾਰਾਜ ਦੀ ਧਰਤੀ ਤੇ ਹੋਇਆ ਇਹ ਇਕੱਠ ਦਿੱਲੀ ਵੀ ਪਹੁੰਚੂਗਾ ਆਪਣੇ ਹੱਕਾਂ ਲਈ ਇਹਨਾਂ ਕਾਲੇ ਕੰਮ ਨੂੰ ਰੱਦ ਕਰਾਉਣ ਲਈ ਦਿੱਲੀ ਵੀ ਪਹੁੰਚੂਗਾ ਸੋ ਇਸ ਕਰਕੇ ਮੈਂ ਮੇਰਾ ਵੀਰ ਅਪੀਲ ਕਰਦਾ ਕਿ ਨੇੜਲੇ ਪਿੰਡਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਵੀ ਵੱਧ ਤੋਂ ਵੱਧ ਤੁਸੀਂ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਆਓ ਦੂਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਆਪਣੀਆਂ ਗੱਡੀਆਂ ਜਾਂ ਕੋਈ ਬੱਸਾਂ ਕਰਾ ਕੇ ਲੈ ਆਓ ਉਸ ਦਿਨ ਘਰ ਘਰ ਦਾ ਇਨਸਾਨ ਨੌਜਵਾਨ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਹਰ ਇਨਸਾਨ ਇੱਥੇ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਇੱਕ ਸੁਨੇਹਾ ਦੇ ਸਕੀਏ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ ਜਿਹੜੇ ਝੂਠੇ ਮੁਕੱਦਮੇ ਆਂਦੇ ਵਿੱਚ ਸਾਡੇ ਕਿਸਾਨ ਕਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਫਸਾ ਕੇ ਸਰਕਾਰ ਤਸ਼ੱਦਦ ਕਰ ਰਹੀ ਹੈ ਇੱਕ دہشت ਦਾ ਮਾਹੌਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਇੱਕ ਨੌਜਵਾਨਾਂ ਦੇ ਡਰ ਪੈਦਾ ਕੀਤਾ ਜਾ ਰਿਹਾ ਹੈ ਇਹ ਜੇ ਮੁਕਦਮੇ ਵਾਜੀ ਕਰਕੇ ਫੜੋ ਫੜੀ ਜਾਰੀ ਹੈ ਛਾਪੇ ਵੱਜ ਰਹੇ ਨੇ ਇਹਨੂੰ ਠੱਲ ਪਾਉਣ ਲਈ ਇਹਨੂੰ ਨੱਥ ਪਾਉਣ ਦੇ ਲਈ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਦੁਨੀਆ ਦੇ ਵਿੱਚ ਇਹ ਸਾਨੂੰ ਇਕੱਠ ਵੱਡਾ ਕਰਨਾ ਚਾਹੀਦਾ ਦੂਜੀ ਗੱਲ ਮੈਂ ਸਾਡੇ ਅੱਗੇ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਸਾਡੇ ਸਾਡੇ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਬੂੜੀ ਨਾ ਊੜਾ ਜੋੜ ਕੇ ਖੜਿਆ ਸਾਡੇ ਹੱਕ ਦੇ ਵਿੱਚ ਹਰਾ ਨਾਰਾ ਮਾਰਿਆ ਉਹ ਕੋਈ ਵੀ ਆ ਉਹ ਦੁਕਾਨਦਾਰ ਆ ਕਿਸਾਨ ਆ ਮਜ਼ਦੂਰ ਹੈ ਉਹ ਮਲਾਜਮਾ ਕਿਸੇ ਵੀ ਸੂਬੇ ਦਾ ਕੋਈ ਵਿਦਿਆਰਥੀ ਹੈ ਜਿਨ੍ਹਾਂ ਨੇ ਸਰਕਾਰ ਅੱਜ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਸੁੱਟਣ ਦੀ ਤਿਆਰੀ ਕਰ ਰਹੀ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਾਨੂੰ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਆ ਇਹੀ ਹੁੰਦਾ ਅਸਲ ਆਗੂ ਜਿਹੜਾ ਮੌਕੇ ਦੇ ਉੱਤੇ ਆਪਣੇ ਲੋਕਾਂ ਨਾਲ ਲੈ ਕੇ ਤੁਰੇ ਇਕਾ ਬਣਾ ਕੇ ਚੱਲੇ ਨਿਰਾਸ਼ਤਾ ਨਾ ਫੈਲਣ ਦੇਵੇ ਇਹ ਹੁੰਦੀ ਹੈ ਸਹੀ ਲੀਡਰਸ਼ਿਪ ਸੋ ਛੋਡੇ ਤੇ ਅਸੀਂ ਅੱਜ ਵੀ ਛੋਡੇ ਨਾਲ ਖੜੇ ਆਂ ਖੜਾਂਗੇ ਮਰਦੇ ਦਮ ਤੱਕ ਖੜਾਂਗੇ ਕੋਈ ਗੱਲ ਨਹੀਂ ਬਹੁਤ ਕੁਝ ਲੜਨਾ ਪੈਂਦਾ ਹੈ ਬੜਾ ਕੁਝ ਲੜਨਾ ਚੱਲਣਾ ਵੀ ਹਲੇ ਆਉਣ ਵਾਲੇ ਸਮੇਂ ਚ ਵੀ ਹੋਰ ਬੜਾ ਕੁਝ ਹੋਣਾ ਹੈ ਬੜਾ ਇਹਨਾਂ ਨੇ ਜ਼ੁਲਮ ਸਰਕਾਰਾਂ ਨੇ ਢਾਉਣਾ ਸਾਡੇ ਲੋਕਾਂ ਦੇ ਉੱਤੇ ਲੋਕਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਪਰ ਇਹ ਆਵਾਜ਼ ਹਮੇਸ਼ਾ ਬੁਲੰਦ ਰਹਿਣੀ ਚਾਹੀਦੀ ਹੈ ਕਿਉਂਕਿ ਸਾਨੂੰ ਇਹ ਆਵਾਜ਼ਾਂ ਬਲੰਦ ਰੱਖਣ ਦੀ ਜਿਹੜੀ ਵਿਰਾਸਤ ਹੈ ਦਰਸਾ ਜਿਹੜਾ ਸਾਨੂੰ ਇਹ ਸਾਨੂੰ ਸਾਡੇ ਉਸ ਇਤਿਹਾਸ ਚੋਂ ਮਿਲਿਆ ਉਸ ਵਿਰਾਸਤ ਚੋਂ ਮਿਲਿਆ ਕਿ ਜਦੋਂ ਹੀ ਕਿਤੇ ਜ਼ੁਲਮ ਹੋਇਆ ਤਾਂ ਸਾਡੇ ਕੌਮ ਦੇ ਵੱਡ ਬੜੇ ਰਹਿਣ ਸਾਡੇ ਰਹਿਬਰਾਂ ਨੇ ਸਾਡੇ ਯੋਧਿਆਂ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਅਸੀਂ ਵੀ ਅੱਜ ਆਵਾਜ਼ ਮਰਦੇ ਦਮ ਤੱਕ ਜ਼ੁਲਮ ਦੇ ਖਿਲਾਫ ਇਨਸਾਨੀਅਤ ਲਈ ਮਨੁੱਖਤਾ ਦੇ ਭਲੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਾ ਸੋ ਆਓ 23 ਤਰੀਕ ਨੂੰ ਮੇਰਾ ਵੀਰ ਵੱਡੀ ਗਿਣਤੀ ਜਿਹੜਾ ਮੈਂ ਦੇਖੂਗਾ ਇਹ ਨਾ ਹੋਵੇ ਜਿਵੇਂ ਤੁਸੀਂ ਕਹਿੰਨਾ ਬਾਈ ਫੱਟੇ ਚੱਕ ਦਾਂਗੇ ਥੋੜੇ ਨਾਲ ਆ ਉਹ ਹੁਣ ਫੇਸਬੁੱਕਾਂ ਦੇ ਨਹੀਂ ਆਪਾਂ ਫੱਟੇ ਚੱਕਣੇ ਗਰਾਊਂਡ ਤੇ ਦੇਖਣਾ ਕਿ 23 ਤਰੀਕ ਨੂੰ ਕਿੱਡੀ ਵੱਡੀ ਜਿਹੜੀ ਸਾਡੀ ਗਿਣਤੀ ਹੈ ਲੱਖਾਂ ਦੀ ਗਿਣਤੀ ਹੋਣੀ ਚਾਹੀਦੀ ਆ ਉਦੋਂ ਕੋਈ ਵੀ ਇਨਸਾਨ ਕੋਈ ਵੀ ਨੌਜਵਾਨ ਘਰੇ ਨਾ ਰਹੇ ਜੀ ਆਓ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ 23 ਤਰੀਕ ਨੂੰ ਮਹਾਰਾਜ ਪਿੰਡ ਜਿਹੜਾ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਬਰਨਾਲੇ ਤੋਂ ਵੀ 30 ਕਿਲੋਮੀਟਰ ਦੂਰ ਹੈ ਬਠਿੰਡੇ ਤੋਂ ਵੀ 30 ਕਿਲੋਮੀਟਰ ਦੂਰ ਆ ਰਾਮਪਰਾ ਰੰਮਪਰਾ ਪੈਂਦਾ ਵਿਚਾਲੇ ਵੱਡੇ ਹਾਈਵੇ ਦੇ ਉੱਤੇ ਜਿਹੜਾ ਜਾਂਦਾ ਬਠਿੰਡੇ ਤੋਂ ਆਪਣਾ ਜੀਰਕਪੁਰ ਪਟਿਆਲੇ ਵਾਲਾ ਹਾਈਵੇ ਆ ਉਹਦੇ ਉੱਤੇ ਰੰਮਪਰਾ ਸ਼ਹਿਰ ਪੈ ਜਾਂਦਾ ਉਹ ਸ਼ਹਿਰ ਤੋਂ 7 ਕਿਲੋਮੀਟਰ ਦੂਰ ਮਹਾਰਾਜ ਪਿੰਡ ਹੈ ਕੋਲੀ ਦਾਣਾ ਮੰਡੀ ਆ ਉਸੇ ਸੜਕ ਦੇ ਉੱਤੇ ਉੱਥੇ ਵੱਡਾ ਇਕੱਠ ਰੱਖਿਆ ਗਿਆ ਆਓ ਮੇਰਾ ਵੀਰ ਆਪਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਗੇ ਤਾਂ ਕਿ ਪਤਾ ਲੱਗੇ ਕਿ ਅਸੀਂ ਸਾਡੇ ਕਿਸਾਨ ਅੰਦੋਲਨ ਦੇ ਨਾਲ ਆ ਅਸੀਂ ਸਾਡੇ ਜਿਹੜੇ ਜ਼ੁਲਮ ਕੀਤਾ ਤੁਸੀਂ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਜਿਹੜਾ ਜਿਹੜੇ ਡੱਕੇ ਨੇ ਛਦਰ ਕਰ ਰਹੇ ਹਾਂ ਰਿਮਾਂਡ ਤੇ ਰਿਮਾਂਡ ਦੇ ਰਹੇ ਹਾਂ ਝੂਠੇ ਮੁਕਾਦਮਿਆਂ 'ਚ ਫਸਾ ਰਹੇ ਹਾਂ ਛਾਪੇਮਾਰੀ ਕਰ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਆ ਪਤਾ ਲੱਗੇ ਸਰਕਾਰ ਨੂੰ ਠੱਲ ਪਾਵੇ ਇਹਨਾਂ ਝੂਠੇ ਮੁਕਾਦਮਿਆਂ ਦੀ ਉਦ ਲਈ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਮੈਂ ਸਮਝਦਾ ਜੇ ਤੁਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਹੋ ਆਪਣੀ ਧਰਤੀ ਮਾਂ ਨੂੰ ਪਿਆਰ ਕਰਦੇ ਹੋ ਆਪਣੇ ਹੱਕਾਂ ਲਈ ਤੁਸੀਂ ਤੁਹਾਡੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ ਆਪਣੇ ਹੱਕਾਂ ਲਈ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਉਹ ਹਰ ਇਨਸਾਨ ਜਾਗਦੀ ਜਮੀਰ ਵਾਲਾ ਜਉਂਦੀ ਜ਼ਮੀਰ ਵਾਲਾ ਉਣਖਾਂ ਵਾਲੇ ਲੋਕ 23 ਤਰੀਕ ਨੂੰ ਮਹਾਰਾਜ ਦੀ ਧਰਤੀ ਤੇ ਹੋਣਗੇ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਚ ਰਹਾਂਗੇ ਕਿਉਂਕਿ ਅਸੀਂ ਉਸ ਵਾਹਿਗੁਰੂ ਉਸ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੇ ਹੋਏ ਹਾਂ ਉਹਦੇ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੀ ਸੱਚੀ ਨੇਕ ਨੀਤ ਨਾਲ ਲੜ ਰਹੇ ਹਾਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤੇ ਇਸ ਕਰਕੇ ਅਸੀਂ ਕਦੇ ਵੀ ਨਹੀਂ ਹਾਰਾਂਗੇ ਹਮੇਸ਼ਾ ਜਿੱਤ ਕੇ ਹੀ ਆਵਾਂਗੇ ਸਵਾਓ ਚੜ੍ਹਦੀ ਕਲਾ ਜੀ ਰਹਿਣਾ ਬਲੰਦ ਹੌਸਲੇ ਰੱਖਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ